ਉਹਨਾਂ ਇਸ ਵੀਡੀਓ ਵਿੱਚ ਅੱਜ ਤੁਸਾਂ ਕੀ ਅਸਾਂ ਡਰੋਨ ਦੇ ਜ਼ਰੀਏ ਥੋੜ੍ਹਾ ਜਿਹਾ ਆਪਣੇ ਇਲਾਕੇ ਨਾਲ ਵਿਊ ਦੱਸਾਂ ਓਪਨ। ਸਭ ਆਪਣੇ ਆਪਣੇ ਪਸੰਦ ਚੀਜ਼ਾਂ ਵਗੈਰਾ ਮੰਗਾਈਆਂ, ਕਿਉਂਕਿ ਸੁਨੈਣ ਬਾਈ ਆਪਣੀ ਪਸੰਦ ਚੀਜ਼ ਮੰਗਾਈ ਹੈ, ਬ੍ਰਹਿਮ ਬਾਈ ਆਪਣੀ ਪਸੰਦ ਮੰਗਾਈ ਹੈ, ਅਸਾਂ ਆਪਣੀ ਪਸੰਦ ਮੰਗਾਈ ਹੈ, ਅਤੇ ਇਸ ਵਾਸਤੇ ਤਿੰਨ ਅਲੱਗ ਅਲੱਗ ਫਲੇਵਰ ਵਿੱਚ ਚੀਜ਼ਾਂ ਮੰਗਾਈਆਂ। ਜਿਹੜੇ ਭੈਣ ਭਰਾ ਨੇ ਆਪਣੇ ਇਸ ਇਲਾਕੇ ਨੇ ਤੱਕਣੇ ਪੈਣ, ਉਹਨਾਂ ਕੀ ਚਲੋ ਅਪਡੇਟ ਲੱਭ ਜਾ ਕੇ ਕਣਕਾਂ ਕੱਪਣ ਗਈਆਂ ਤਾਂ ਲੋਕ ਅਗਵਾਈ ਵਗੈਰਾ ਕਰਾਉਣੇ ਪੈਣ। ਆਪੇ ਕਾਫੀ ਦਿਨ ਹੋ ਗਏ ਕਾਰ ਰਹਿ ਰਹਿ ਕੇ ਬੋਰ ਹੋ ਗਿਆ ਨਾ, ਅੱਗੇ ਪਿੱਛੇ ਜਾਣ ਆਉਣਾ ਪਿਆ, ਜਿਸ ਤਰ੍ਹਾਂ ਕਿ ਗਰਮੀ ਦਾ ਮੌਸਮ ਆ ਗਿਆ। ਅਸਲਾਮ ਵਾਲੇਕਮ ਵੀਵਰਸ, ਉਮੀਦ ਕਰਨਾ ਸਾਰੇ ਦੋਸਤ ਭੈਣਾਂ ਭਰਾ ਬਜ਼ੁਰਗ ਠੀਕ ਹੋ ਸੋ, ਖੁਸ਼ਬਾਸ਼ ਸੋ। ਅੱਲਾ ਨੇ ਫਜ਼ਲ ਕਰਮ ਨਾਲ ਸ਼ੁਰੂ ਕਰਨੇ ਆ ਅੱਜ ਨਾ ਵਲੋਗ, ਤੁਹਾਨੂੰ ਤੱਕਣੇ ਪਿਆ ਆਪਣਾ ਫੈਮਿਲੀ ਯੂਟਿਊਬ ਚੈਨਲ ਕਸ਼ਮੀਰ ਪੈਰਾਡਾਈਜ਼ ਬਿਊਟੀ। ਅੱਜ ਤੁਹਾਨੂੰ ਖਿਦਮਤ ਵਿੱਚ ਇੱਕ ਨਵੀਂ ਵੀਡੀਓ ਹਾਜ਼ਰ ਹਾਂ, ਥੰਬਨੇਲ ਐਡਰੈਸ ਤੁਹਾਨੂੰ ਤੱਕਿਆ ਸੀ। ਬਿਲਕੁਲ ਜੀ, ਅੱਜ ਆਪਣੇ ਘਰ ਮੌਜੂਦ ਹਾਂ, ਪਿਛਲੇ ਦਿਨਾਂ 'ਚ ਇਰਦ ਗਿਰਦ ਦੀਆਂ ਸਭ ਵੀਡੀਓ ਵਗੈਰਾ ਤੱਕੀਆਂ ਸਨ ਅਤੇ ਕਾਫੀ ਭੈਣ ਭਰਾ ਪਸੰਦ ਕੀਤੀਆਂ, ਸਭ ਭੈਣ ਭਰਾ ਉਹਨਾਂ ਸਪੋਰਟ ਨਾਲ ਬਹੁਤ ਬਹੁਤ ਸ਼ੁਕਰੀਆ। ਅਤੇ ਅੱਜ ਘਰ ਹੀ ਸਾਂ, ਕੋਈ ਵਲੋਗ ਵਗੈਰਾ ਨਹੀਂ ਸੀ, ਇਸ ਟਾਈਮ ਟਾਈਮ ਮੇਰੇ ਖਿਆਲ ਵਿੱਚ 5 ਨਾ ਹੋ ਗਿਆ, ਠੀਕ ਹੈ, 5:30 ਹੋ ਗਏ ਅਤੇ ਸੁੱਤੇ ਸਾਂ, ਕਿਉਂਕਿ ਸੁਬਹ ਨੇ ਕੰਮ ਵਗੈਰਾ ਲੱਗੇ ਰਹੇ ਹਾਂ, ਕਿਉਂਕਿ ਤੁਸੀਂ ਪਤਾ ਹੈ ਕਿ ਗੰਦਮ ਦੀ ਕਟਾਈ ਦਾ ਮੌਸਮ ਹੈ, ਗੰਦਮ ਦੀ ਕਟਾਈ ਵਗੈਰਾ ਕਰਾਈ ਹੈ, ਮਜ਼ਦੂਰ ਵਗੈਰਾ ਲਾਏ ਸਨ, ਉਸ ਤੋਂ ਬਾਅਦ ਗੰਦਮ ਇਕੱਠੀ ਕੀਤੀ ਸੀ, ਫਿਰ ਮੁੜਗਾ ਅਸਾਂ ਦੂਸਰਾ ਜਿਸ ਕੇ ਆਖਣੇ ਖਰੀਆਂ ਲਾਈਆਂ, ਅਤੇ ਕਿਉਂਕਿ ਬਾਰਿਸ਼ ਨਾਲ ਮੂਡ ਵਗੈਰਾ ਵੀ ਬੰਥੇ ਸੀ, ਬੜੀ ਟੈਨਸ਼ਨ ਸੀ, ਕਿਉਂਕਿ ਸਿੱਝਾ ਇੱਕ ਵਾਰੀ ਤਾਂ ਫਿਰ ਮੁੜਗਾ ਸੁਕਾਉਣਾ, ਖੁਸ਼ ਕਰਾਉਣਾ ਬੜਾ ਮੁਸ਼ਕਿਲ ਹੋਣਾ, ਅਤੇ ਮੌਸਮ ਖਰਾਬ ਸੀ, ਸੁਬਹ ਨਾਲ ਝੜ ਵਗੈਰਾ ਪਿਆ ਸੀ, 2 ਦਿਨ ਤੋਂ ਸਾਰਾ ਮੌਸਮ ਖਰਾਬ ਹੋ ਰਿਹਾ ਸੀ। ਅਤੇ ਬਾਕੀ ਇਰਦ ਗਿਰਦ ਦੇ ਲੋਕਾਂ ਆਪਣੀਆਂ ਗੰਦਮ ਦੀ ਕਟਾਈ ਵਗੈਰਾ ਕਰ ਛੁੜੀ ਹੈ, ਬਿਲਕੁਲ ਇੱਥੋਂ ਦੀ ਵਿਜ਼ਿਟ ਵੀ ਕਰਾਉਣੇ ਆ, ਇਸ ਐਪ ਚੱਕਣੇ ਸੋ, ਇਸ ਐਪ ਕਟਾਈ ਕਰਾ ਗੱਠੀ ਕੀਤੀਆਂ ਨੇ, ਨਾਲ ਵਾਲਾ ਜਿਹੜਾ ਘਰ ਹੈ ਇਸ ਐਪ ਦਾ ਤੱਕਣੇ ਸੋ, ਇੰਨਾ ਰਾਤ ਕੀ ਕਟਾਈ ਕਰਾ ਛੁੜੀ ਹੈ, ਮਤਲਬ ਪੋਹ ਬਣਾ ਛੜਿਆ, ਠੀਕ ਹੈ। ਬਾਕੀ ਇਸ ਐਪ ਪਰ ਟਿੱਗੀ ਵਾਲੇ ਅਤੇ ਇੱਧਰ ਤੱਕਣੇ ਸੋ ਬਿਲਕੁਲ ਖਤਮ, ਤੁਸੀਂ ਇਹ ਸਾਹਮਣੇ ਨਜ਼ਰ ਆਉਣ ਵਿੱਚ ਇੱਥੇ ਵੀ ਰਹਿਣੀ ਵਾਲੇ, ਬਾਕੀ ਲੋਕਾਂ ਆਪਣੇ ਮਾਲ ਮਵੇਸ਼ੀ ਵੀ ਖੋਲ੍ਹੇ ਨੇ ਇਸ ਐਪ ਪਰ, ਅੱਛਾ ਕਰਨੇ ਸੋ ਇਸ ਐਪ ਪਰ ਇਹ ਆਸਣ ਨੇ ਛੋਟੇ ਛੋਟੇ, ਅੱਛਾ ਕਰਨੇ ਸੋ ਇਹ ਬੱਕਰੀਆਂ ਵਗੈਰਾ ਵੀ ਆਸਣ ਆਪਣੀਆਂ ਗਈਆਂ ਵੀ, ਅਤੇ ਮਾਸ਼ਾਅੱਲਾ ਲੋਕਾਂ ਜਿਹੜਾ ਨੇ ਕਟਾਈ ਵਗੈਰਾ ਕਰ ਛੁੜੀ ਹੈ, ਕੁਝ ਦਿਨ ਪਹਿਲੇ ਤੱਕਣੇ ਸੋ ਹਰਿਆਲੀ ਸੀ, ਠੀਕ ਹੈ, ਤਕਰੀਬਨ 1 ਮਹੀਨੇ ਨੇ ਅੰਦਰ ਤਾਂ ਸੋ ਕਣਕਾਂ ਪੱਕ ਵੀ ਗਈਆਂ, ਮੁੜ ਕੇ ਕਟਾਈ ਵੀ ਹੋ ਗਈ ਹੈ। ਬਾਕੀ ਇਸ ਐਪ ਪਰ ਵੀ ਦੱਸਣੇ ਆ ਕਿ ਇਸ ਐਪ ਪਰ ਵੀ ਲੋਕ ਕਟਾਈ ਵਗੈਰਾ ਕਰਨੇ ਪੈਣ, ਇੱਥੇ ਕਣਕਾਂ ਕਰਨੇ ਸੋ, ਠੀਕ ਹੈ। ਬਾਕੀ ਸੂਰਜ ਬਿਲਕੁਲ ਗਰੂਬ ਹੋਣੇ ਪਰ ਗਏ ਹੈ, ਤਾਂ ਅਸਾਂ ਸੋਚਿਆ ਕਿ ਤੁਸੀਂ ਭੈਣ ਭਰਾ ਨਾਲ ਅੱਜ ਨਹੀਂ ਕੋਈ ਰੋਟੀਨ ਸ਼ੇਅਰ ਕਰਾਂ, ਅਤੇ ਵੈਸੇ ਵੀ ਆਵਰਾ ਸੀ ਦੱਸਾਂ ਕਿ ਮੇਰੇ ਆਪਣੇ ਇਲਾਕੇ ਨੇ ਕਈ ਬੰਦੇ ਵੀਡੀਓ ਵਗੈਰਾ ਤੱਕਣੇ ਨੇ, ਤਾਂ ਉਹ ਮੇਰੀ ਕਮੈਂਟ ਵਗੈਰਾ ਵੀ ਕਰਨੇ ਨੇ, ਤਾਂ ਵੈਸੇ ਵੀ ਅਗਰ ਵਟਸਐਪ ਪਰ ਮੈਸੇਜ ਕਰਨੇ ਆਉਣੇ ਨੇ, ਕੋਈ ਆਪਣੇ ਗ੍ਰਾਹਣਾ ਵੀ ਅਸਾਂ ਕੀ ਦੱਸ ਛੜਾ ਕਰੋ, ਡਰੋਨ ਸ਼ਾਟ ਕੋਈ ਆਪਣੇ ਗ੍ਰਾਹਣਾ ਵੀ ਬਣਾ ਛੜਾ ਕਰੋ, ਦੂਰ ਦੂਰ ਜਾਣੇ ਰਹਿਣੇ ਆਪਣੇ ਇਰਦ ਗਿਰਦ ਗ੍ਰਾਹਣੇ, ਡਰੋਨ ਸ਼ਾਟ ਕਿਉਂ ਦੱਸਣੇ, ਅਸਾਂ ਬਣਾਏ ਨੇ ਡਰੋਨ ਸ਼ਾਟ ਬਹੁਤ ਪਹਿਲੇ, ਉਹਨਾਂ ਕੀ ਬਾਣੇ ਵੀ ਆ ਕੇ ਤੁਸੀਂ ਤੱਕੋ ਜਗ੍ਹਾ ਉਹ ਆਉਣੇ ਨਹੀਂ, ਤਾਜ਼ੇ ਫਰੈਸ਼ ਡਰੋਨ ਸ਼ਾਟ ਦੱਸੋ ਕਿ ਕਣਕਾਂ ਦੇ ਮੌਸਮ ਦੱਸਿਆ ਕਰੋ, ਮੱਕਾਂ ਦੇ ਮੌਸਮ ਦੱਸਿਆ ਕਰੋ, ਲੋਕਾਂ ਨੂੰ ਸ਼ਾਇਦ ਕਟਾਈ ਕਰਨੇ ਪੈਣ, ਕਣਕਾਂ ਪੱਕੀਆਂ, ਮਤਲਬ ਅਸਾਂ ਆਪਣੇ ਇਲਾਕੇ ਨਾਲ ਨਵੀਂ ਅਪਡੇਟ ਅਸੀਂ ਲੱਭਣੀ ਰਵੇ, ਤਾਂ ਮੈਂ ਸੋਚਿਆ ਕਿਉਂ ਨਾ ਇਸ ਵੀਡੀਓ ਵਿੱਚ ਅੱਜ ਤੁਸਾਂ ਕੀ ਅਸਾਂ ਡਰੋਨ ਦੇ ਜ਼ਰੀਏ ਥੋੜ੍ਹਾ ਜਿਹਾ ਆਪਣੇ ਇਲਾਕੇ ਨਾਲ ਵਿਊ ਦੱਸਾਂ ਓਪਨ, ਕਿ ਕਣਕਾਂ ਕਟਾਈ ਹੋ ਗਈ ਹੈ, ਕਿੱਝਾਂ ਜਗ੍ਹਾ ਪਰ ਕਣਕਣੀ ਮਸ਼ੀਨ ਨਾਲ ਥਰੈਸ਼ ਨਾਲ ਗੁਆਈ ਕਰਾਉਣੇ ਪੈਣ, ਮਤਲਬ ਦਾਣੇ ਵਗੈਰਾ ਕਢਾਉਣੇ ਪੈਣ, ਅਤੇ ਕਈ ਜਗ੍ਹਾ ਲੋਕ ਕਣਕਾਂ ਦੀ ਕਟਾਈ ਕਰਨੇ ਪੈਣ ਦਰਾਟੀ ਨਾਲ। ਬਾਕੀ ਇਸ ਬ੍ਰਹਿਮ ਬਾਈ ਡਰੋਨ ਵਗੈਰਾ ਲਾਏ, ਅਸਲਾਮ ਵਾਲੇਕਮ ਜੀ, ਕੀ ਹਾਲ ਹੈ, ਠੀਕ ਹੋ, ਠੀਕ ਹੈ, ਕੰਮ ਸ਼ਮ ਕੋ ਖਤਮ ਹੋਏ ਨਹੀਂ, ਕੋਈ ਨਹੀਂ,
ਮਾਲ ਮਵੇਸ਼ੀ ਵੀ ਚਰਨ ਲੱਗੇ ਆ ਅਤੇ ਇਹ ਹੈ ਕਿ ਹੁਣ ਅਸੀਂ ਡਰੋਨ ਵਗੈਰਾ ਰੈਡੀ ਕੀਤਾ ਥੋੜ੍ਹਾ ਜਿਹਾ ਹਾਈਟ ਪਰ ਦੱਸਾਂਗੇ ਆਪਣੇ ਇਸ ਇਲਾਕੇ ਨੂੰ ਥੋੜ੍ਹਾ ਜਿਹਾ ਵਿਊ ਕਰਾ ਛੁੱਦੇ ਹਾਂ। ਇਸ ਦੀ ਵਜ੍ਹਾ ਇਹ ਹੈ ਕਿ ਜਿਹੜੇ ਭੈਣ ਭਰਾ ਨੇ ਆਪਣੇ ਇਸ ਇਲਾਕੇ ਨੂੰ ਤੱਕਣੇ ਪੈਣ ਉਹਨਾਂ ਕੀ ਚਲੋ ਅਪਡੇਟ ਲੱਭ ਜਾ ਕੇ ਕਣਕਾਂ ਕੱਪਣ ਗਈਆਂ ਤਾਂ ਲੋਕ ਅਗਵਾਈ ਵਗੈਰਾ ਕਰਾਉਣੇ ਪੈਣ ਤਾਂ ਮਤਲਬ ਏਰੀਆ ਹੁਣ ਸਾਫ਼ ਹੈ ਵੱਢ ਹੋ ਗਏ ਅਤੇ ਬਾਕੀ ਨਵੀਂ ਤੋਂ ਨਵੀਂ ਅਪਡੇਟ ਭੈਣ ਭਰਾ ਮੰਗਣੇ ਰਹਿਣੇ ਲੇਕਿਨ ਹੈ ਕਿ ਰੋਜ਼ ਅਸਾਂ ਆਪਣੇ ਇਲਾਕੇ ਦੀ ਵੀਡੀਓ 'ਤੇ ਨਾ ਬਣਾਉਣੇ ਕਿ ਭੈਣ ਭਰਾ ਬੋਰ ਹੋ ਜਾਣੇ ਕਿਝ ਲੇਕਿਨ ਹੈ ਕਿ ਕਿਝ ਭੈਣ ਭਰਾ ਆਪਣੀ ਜਗ੍ਹਾ ਠੀਕ ਹੋਣੇ ਨਾਲ ਕਿ ਅਸਾਂ ਪਰਦੇਸ ਵਿੱਚ ਹਾਂ ਅਤੇ ਅਸਾਂਗੀ ਆਪਣੇ ਇਲਾਕੇ ਨੇ ਹਰ ਸੀਜ਼ਨ ਨੇ ਮਤਲਬ ਕਣਕਾਂ ਨੇ ਮੌਸਮ ਨੇ ਵੱਖ ਵੀਡੀਓ ਬਣਾਇਆ ਕਰੋ ਮੱਕਾਂ ਨੇ ਮੌਸਮ ਨੇ ਵੱਖ ਬਣਾਇਆ ਕਰੋ ਮਤਲਬ ਅਸਾਂਗੀ ਇੱਦੀ ਪਰ ਵੀ ਵੀਡੀਓ ਦਿਖਾਇਆ ਕਰੋ ਅਸਾਂ ਆਪਣੇ ਇਲਾਕੇ ਕੀ ਤੱਕਣੇ ਰਵਿਆ ਕਰਾਂ ਅਤੇ ਚਲੋ ਉਹਨਾਂ ਨੇ ਵੀ ਗੱਲ ਠੀਕ ਹੈ ਆਪਣੀ ਜਗ੍ਹਾ ਬੰਦਾ ਆਪਣੇ ਦੇਸ਼ ਤੋਂ ਆਪਣੇ ਘਰਾਂ ਤੋਂ ਦੂਰ ਹੋਣਾ ਤਾਂ ਉਹ ਇੱਕ ਇੱਕ ਟਾਈਮ ਕੀ ਮਿਸ ਕਰਨਾ ਇਸ ਟਾਈਮ ਵੀ ਉਹ ਮਿਸ ਕਰਨਾ ਮਤਲਬ ਘਰਾਂ ਨੇ ਜਿਸ ਟਾਈਮ ਉਹ ਫੋਨ ਕਰਨਾ ਘਰਾਂ ਨੇ ਆਉਣੇ ਜੀ ਕਣਕ ਕੱਪਣ ਗਏ ਹਾਂ ਕਟਾਈ ਕਰਾਉਣੇ ਪਿਆ ਮਤਲਬ ਮਸ਼ੀਨ ਆਈ ਹੈ ਮਤਲਬ ਆਹ ਤਰ੍ਹਾਂ ਦੀ ਹਰ ਘਰਾਂ ਵਿੱਚ ਇਹ ਚੀਜ਼ ਚੱਲਣੀ ਪਈ ਹੈ ਕਣਕਾਂ ਦਾ ਮੌਸਮ ਹੈ ਇਸ ਵਜ੍ਹਾ ਤੋਂ ਅਤੇ ਚਲੋ ਉਹਨਾਂ ਨੇ ਇਹ ਰਿਕੁਐਸਟ ਸੀ ਕਿ ਹਾਈਟ ਪਰੋਂ ਵੀ ਬੇਸ਼ੱਕ ਤੁਸੀਂ ਆਪਣੇ ਇਲਾਕੇ ਨਾਲ ਵਿਜ਼ਿਟ ਕਰਾਇਆ ਕਰੋ ਲੇਕਿਨ ਕਰਾਸ਼ ਹੋਇਆ ਕਰੋ ਕਦੇ ਕਦੇ ਕੁਛ ਵੀਡੀਓ ਵੀ ਦੱਸ ਹੋਇਆ ਕਰੋ ਮੈਂ ਚਲੋ ਠੀਕ ਹੈ ਅਤੇ ਬਾਕੀ ਹੁਣ ਅਸਾਂ ਡਰੋਨ ਵਗੈਰਾ ਰੈਡੀ ਕਰਨੇ ਆ ਡਰੋਨ ਸ਼ਾਟ ਬਣਾਉਣੇ ਆ ਤਾਂ ਉਸ ਤੋਂ ਬਾਅਦ ਅਸਾਂ ਜਾਣਾ ਸੀ ਚੌਕੀ ਕੋਈ ਕੰਮ ਸੀ ਤਾਂ ਚਲੋ ਫਿਰ ਉਸ ਤੋਂ ਬਾਅਦ ਅਸਾਂ ਆਪਣਾ ਸਫ਼ਰ ਸ਼ੁਰੂ ਕਰ ਸਾਂ ਚੌਕੀ ਸਾਈਡ ਹੁਣ ਤੱਕ ਉਹ ਕੁਛ ਕੁਝ ਇਸ ਇਲਾਕੇ ਡਰੋਨ ਸ਼ਾਟ ਮਿਲਣੇ ਆ ਫਿਰ ਵੀਡੀਓ ਦੇ ਕੇ ਬਸ ਲੱਗਦਿਆਂ ਕੋਈ ਪਰਦੇਸ ਨਹੀਂ ਜਾਂਦਾ ਉਹ ਮੇਰਾ ਚੰਨ ਮਜਬੂਰੀਆਂ ਹੁੰਦੀਆਂ ਨੇ ਤੂੰ ਵਤਨ ਛੋੜ ਕੇ ਵੇਖ ਤੇ ਸੀ ਕੀ ਵਤਨ ਤੂੰ ਦੂਰੀਆਂ ਹੋਂਦੀਆਂ ਨੇ ਅਸਾਂ ਕਿਸੇ ਦੇ ਕੁਝ ਨਾ ਲੱਗਦੇ ਅਸਾਂ ਕਿਸੇ ਦੇ ਕੁਝ ਨਾ ਲੱਗਦੇ ਨਾ ਕੋਈ ਸਾਡਾ ਦਲਦੀ ਇਸੋ ਕੱਢ ਕੇ ਪਰਦੇਸੀ ਕੀਤਾ ਵਾ ਮੌਲਾ ਤੇਰੀ ਮਰਜ਼ੀ ਅਦਲ ਕਰੀ ਓ ਰੱਬਾ ਅਦਲ ਕਰੀ ਤੂੰ ਮੇਰਾ ਗੱਲ ਦਿਲ ਦੀ
ਨਹੀਂ ਰਹੇ ਉਹ ਪਿਆਰ ਨਹੀਂ ਰਹੇ ਪਾਈ ਪਾਈਆਂ ਤੂੰ ਦੂਰ ਹੋ ਗਏ ਉਹ ਖਲੂਸ ਨਾ ਰਹੇ ਵਿਚਾਰ ਨਾ ਰਹੇ ਚਮਨ ਦੇ ਸੁੱਕ ਮੁੱਕ ਗਏ ਉਹ ਗੁਲ ਨਾ ਰਹੇ ਗੁਲਜ਼ਾਰ ਨਾ ਰਹੇ ਬਿਨ ਮਤਲਬ ਸੀਨੇ ਨਾਲ ਜੋ ਲਾਵੇ ਉਹ ਦਿਲ ਨਾ ਰਹੇ ਹਾਂਜੀ ਵੀਵਰਸ ਕੁਝ ਸਨ ਇਲਾਕੇ ਨੇ ਡਰੋਨ ਸ਼ਾਟਸ ਨੂੰ ਤੱਕਿਓ ਸਨ ਬਾਕੀ ਗੰਦਮ ਨੇ ਤਕਰੀਬਨ ਕਟਾਈ ਵਗੈਰਾ ਹੋ ਗਈ ਹੈ ਅਤੇ ਦੋ ਤਰੇ ਜਗ੍ਹਾ ਮਸ਼ੀਨ ਵਗੈਰਾ ਵੀ ਲੱਗੀ ਹੈ ਦਾਣਿਆਂ ਵਾਸਤੇ ਜਿਹੜਾ ਨੇ ਭੋ ਵਗੈਰਾ ਬਣਾਉਣ ਵਾਸਤੇ ਅਤੇ ਬਾਕੀ ਹੈ ਕਿ ਲੋਕ ਤੇਜ਼ੀ ਨਾਲ ਕਰਨੇ ਪੈਣ ਕਟਾਈ ਵਗੈਰਾ ਕਿਉਂਕਿ ਬਾਰਿਸ਼ ਨਾਲ ਕੋਈ ਪਤਾ ਨਹੀਂ ਕਿਸੇ ਟਾਈਮ ਵੀ ਬਾਰਿਸ਼ ਆ ਸਕਣੀ ਕਿਉਂਕਿ ਪਹਿਲਾਂ ਹੀ ਹਫ਼ਤਾ ਇੱਕ ਬਾਰਿਸ਼ਾਂ ਬੜਾ ਜਿਹੜਾ ਕਿਸਾਨਾਂ ਗਈ ਮਸਾਲ ਦੇਣਾ ਕਿ ਉਲਝਣੀ 'ਚ ਪਾਈ ਰੱਖਿਆ ਇਹ ਨਵਾਂ ਨੁਕਸਾਨ ਹੋ ਜਾਵੇ ਅਤੇ ਬਾਕੀ ਹੁਣ ਅਸਾਂ ਡਰੋਨ ਸ਼ਾਟ ਵਗੈਰਾ ਬਣਾਏ ਹੁਣ ਚੱਲਦੇ ਹਾਂ ਅਸਾਂ ਆਪਣਾ ਸਫ਼ਰ ਸ਼ੁਰੂ ਕਰਨੇ ਹਾਂ ਚੌਕੀ ਦੀ ਸਾਈਡ ਕਿਉਂਕਿ ਇੱਕ ਕੰਮ ਸੀ ਲਾਜ਼ਮੀ ਅਤੇ ਉਹ ਕਰਨਾ ਅਤੇ ਬਾਕੀ ਚੱਲਦੇ ਹਾਂ ਤੁਸੀਂ ਅੱਗੇ ਸ਼ਾਟ ਵਗੈਰਾ ਦੱਸਣੇ ਬਾਕੀ ਜੀ ਇਹ ਵੈਸਾ ਨਹੀਂ ਗੰਦਮ ਜਿਹੜੀ ਕਟਾਈ ਵਗੈਰਾ ਕਰ ਗਿਆ ਅਸਾਂ ਗੱਠੀ ਕਰ ਛੁੜੀ ਹੈ ਠੀਕ ਹੈ ਬਾਕੀ ਕੁਝ ਰਹਿਣੀ ਹੈ ਜਿਹੜੀ ਅੱਜ ਤਾਜ਼ੀ ਕੱਪੜ ਹੋਣੀ ਪਈ ਹੈ ਇਹ ਛੋਟੇ ਜਿਹੜਾ ਨੇ ਰੇੜੀਆਂ ਪਟਾਉਣੇ ਪੈਣੇ ਇਸ ਉੱਪਰ ਵਾਲੀ ਸਾਈਡ ਪਰ ਆ ਸਾਨੀ ਅਤੇ ਦੋ ਡੰਡੀਆਂ ਨਹੀਂ ਰਹਿਣੀ ਹੈ ਬਾਕੀ ਜਿਹੜੀ ਐਸ ਸੀ ਆ ਇਕੱਠੀ ਕਰ ਛੁੜੀ ਹੈ ਠੀਕ ਹੈ ਹੁਣ ਵੜਿੰਬ ਆ ਗਏ ਮੋਟਰਸਾਈਕਲ ਲੈ ਗਏ 1-5 ਖਰਸਾਂ ਕਿਉਂਕਿ ਕੈਪਾ ਅੱਗੋਂ ਸੁਨੈਣ ਬਾਈ ਵੀ ਜਾਣ 70 ਇੱਥੇ ਬਾਹਰ ਰਿਹਾ ਸੀ ਅਤੇ ਚੱਲੀਏ ਜੀ ਸੁਨੈਣ ਬਾਈ ਨੇ ਰਾਬਤਾ ਆ ਚਲੋ ਠੀਕ ਹੈ ਬਾਕੀ ਚੱਲਦੇ ਹਾਂ ਸੁਨੈਣ ਬਾਈ ਵੀ ਖੰਨਾ ਤਾਂ ਫਿਰ ਅੱਗੇ ਚੱਲਦੇ ਹਾਂ ਗੱਪਸ਼ੱਪ ਸਾਰਾ ਜੀ ਆਵਾਜ਼ ਆਉਂਦੀ ਪਈ ਸੀ ਬਾਰਿਸ਼ਾਂ ਦਾ ਮੌਸਮ ਸੀ ਜਿਹਨਾਂ ਬੰਦਿਆਂ ਕਣਕਾਂ ਗੁਆਈਆਂ ਤਾਬਲੀ ਵਿੱਚ ਅੱਧਾ ਬਹੁਤ ਉੱਡ ਰਹੀ ਹੈ ਬਾਕੀ ਹੁਣ ਚੱਲਦੇ ਹਾਂ ਸ਼ਾਮ ਦਾ ਟਾਈਮ ਹੋਣਾ ਪਿਆ ਕਿਉਂਕਿ 6:30 ਵਜੇ ਦਾ 5:30 ਵਜੇ ਦਾ ਅਸਾਂ ਵਲੌਗ ਸ਼ੁਰੂ ਕੀਤਾ ਬਾਕੀ ਹੈ ਤੱਕ ਨੇ ਸੋ
ਚੱਲਦੇ ਹਾਂ ਤਾਂ ਮਜ਼ੇਦਾਰ ਗੱਪ ਸ਼ੱਪ ਹੋਣੀ। ਹਾਂਜੀ ਵੀਵਰਸ, ਫਾਈਨਲੀ ਅਸੀਂ ਇਸ ਟਾਈਮ ਚੌਕੀ ਬਾਜ਼ਾਰੇ ਪਹੁੰਚੇ ਹਾਂ। ਤਾਂ ਐਸਾ ਕਰਨ ਸੇ ਸ਼ਾਮ ਦਾ ਟਾਈਮ ਹੈ ਤਾਂ ਕਿ ਦੁਕਾਨਾਂ ਵਗੈਰਾ ਬੰਦ ਹੋ ਗਈਆਂ, ਕਿ ਦੁਕਾਨਾਂ ਵਗੈਰਾ ਖੁੱਲ੍ਹੀਆਂ ਨੇ, ਆਹ ਦੁਕਾਨ ਸੇ ਨਿਚਲੇ ਬਾਜ਼ਾਰ ਨਿਚਲੇ ਸੇ ਨਜ਼ਰ ਆਉਣਾ ਵੀ ਅਸੀਂ। ਤਾਂ ਬਾਕੀ ਇੱਥੇ ਇੱਕ ਕੰਮ ਸੀ, ਇੱਕ ਬੰਦੇ ਨਾਲ ਵੇਟ ਕਰਨੇ ਪਿਆ, ਤਾਂ ਕੰਮ ਵਗੈਰਾ ਕਰਨੇ ਆ, ਤਾਂ ਫਿਰ ਚੱਲਦੇ ਹਾਂ ਨੈਕਸਟ ਕਿਸੇ ਵਿੱਚ ਦੱਸਣਾ ਕਿ ਨੈਕਸਟ ਕਿਆ ਵਾ। ਫਾਈਨਲੀ ਜੀ ਕੰਮ ਵਗੈਰਾ ਖਤਮ ਹੋ ਗਏ ਤਾਂ ਹੁਣ ਆ ਗਏ ਹਾਂ ਜੀ ਕਸ਼ਮੀਰ ਬਰਗਰ ਸ਼ਾਪ ਚੌਕੀ, ਤਾਂ ਚੱਲਦੇ ਹਾਂ ਅੰਦਰ ਤਾਂ ਕੁਝ ਖਾਣੇ ਪੀਣੇ ਆ ਤਾਂ ਨਾਲ ਗੱਪ ਸ਼ੱਪ ਹੋਣੀ। ਫਾਈਨਲੀ ਜੀ ਚੱਕਣ ਅਸੀਂ ਜੀ ਫਿੰਗਰ ਚਿਪਸ, ਚਿਕਨ ਚਿਪਸ, ਤਾਂ ਨਾਲ ਹੀ ਬਰਗਰ, ਨਾਲ ਹੀ ਸਮੋਸਾ ਚਾਟ, ਸਭ ਆਪਣੇ ਆਪਣੇ ਪਸੰਦ ਵਿੱਚ ਤਾਂ ਵਗੈਰਾ ਮੰਗਾਈਆਂ, ਕਿਉਂਕਿ ਸਨੈਣ ਬਾਈ ਆਪਣੀ ਪਸੰਦ ਚੀਜ਼ ਮੰਗਾਈ ਹੈ, ਬ੍ਰਹਿਮ ਬਾਈ ਆਪਣੀ ਪਸੰਦ ਮੰਗਾਈ ਹੈ, ਅਸਾਂ ਆਪਣੀ ਪਸੰਦ ਮੰਗਾਈ ਹੈ, ਅਤੇ ਇਸ ਵਾਸਤੇ ਤਿੰਨਾਂ ਅਲੱਗ ਅਲੱਗ ਫਲੇਵਰ ਵਿੱਚ ਚੀਜ਼ਾਂ ਮੰਗਾਈਆਂ। ਬਾਕੀ ਹੁਣ ਖਾਣੇ ਆ ਮਾਸ਼ਾਅੱਲਾ, ਇਹਨਾਂ ਨਾਲ ਬਰਗਰ ਮਸ਼ਹੂਰ ਬਰਗਰ ਆਪਣੀ ਸ਼ਾਪ ਨਾਲ, ਚਿਕਨ ਚਿਪਸ ਬਣੇ ਕਾਫੀ ਕਮਾਲ ਹੈ। ਬਾਕੀ ਹੁਣ ਖਾਣੇ ਪੀਣੇ, ਉਸ ਤੋਂ ਬਾਅਦ ਫਿਰ ਵੀਡੀਓ ਬਣਾਉਣ ਲਈ ਕਿਸਾਨ ਨੇ ਕਿਸਾਨ ਧਾਰ ਲਈ ਸਕਦੇ। ਠੀਕ ਹੈ ਜੀ, ਡਰਿੰਕ ਬਾਰੇ ਦੱਸਿਆ ਜੀ, ਡਰਿੰਕ ਆ ਰਹੀ ਹੈ, ਬਸ ਖਾਣੇ ਪੀਣੇ ਦਾ ਫਿਰ ਚੱਲਣੇ ਹਾਂ।